ਚੋਣ ਜਾਬਤਾ ਲੱਗਦੇ ਸਾਰ ਹੀ ਪੰਜਾਬ ਪੁਲਿਸ ਨਸ਼ੇ ਦੇ ਵਪਾਰੀਆਂ ਦੇ ਖਿਲਾਫ ਹੋ ਗਈ ਹੈ, ਜਿਸ ਦੇ ਚਲਦਿਆਂ ਤਰਨ ਤਾਰਨ ਪੁਲਿਸ ਨੇ ਕਰਿਆਲਾ ਦੇ ਉੱਪਰ ਨਾਕਾਬੰਦੀ ਦੇ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ, ਜਿਸ ਦੇ ਕੋਲ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸਾਰਨ ਸਿੰਘ ਵਾਸੀ ਦਾਸੂਵਾਲ ਦੇ ਵਜੋਂ ਹੋਈ ਹੈ, ਜਿਸ ਦੇ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਉਸਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਵੱਲੋਂ ਪਿੰਡ ਕਰਿਆਲਾ ਦੇ ਟੀ ਪੁਆਇੰਟ ਉੱਤੇ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਇਸ ਵਿਅਕਤੀ ਨੇ ਨਾਕਾਬੰਦੀ ਦੇਖ ਕੇ ਮੁੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਉੱਤੇ ਪੁਲਿਸ ਨੂੰ ਸ਼ੱਕ ਪੈ ਗਿਆ ਅਤੇ ਜਦੋਂ ਪੁਲਿਸ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਤਾਂ ਉਸਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ। 40 ਨੰਬਰ ਇੱਕ FIR ਦਰਜਾ, ਅੱਜ ਹੀ ਤੜਕੇ ਹੀ ਸਾਡੇ ਪੱਟੀ ਸਦਰ ਪਰਚਾ ਦਰਜ ਹੋਇਆ। ਸਾਰਿਜ ਸਿੰਘ ਸਨ ਆਫ ਤਾਰਾ ਸਿੰਘ ਦਾਸੂਵਾਲ ਦਾ ਉਹਨੂੰ ਅਰੈਸਟ ਕੀਤਾ। ਉਹਦੇ ਕੋਲੋਂ 1 ਕਿਲੋ ਅਤੇ ਕੁਛ 10 ਗ੍ਰਾਮ ਹੀਰੋਇਨ ਰਿਕਵਰ ਹੋਈ ਆ, ਅਤੇ ਉਹ ਸਦਰ ਪੱਟੀ 'ਚ ਪਰਚਾ ਦਰਜ ਕੀਤਾ, ਸਦਰ ਵਾਲਿਆਂ ਨੇ ਅਰੈਸਟ ਕੀਤੀ ਆ। ਉਹਨੂੰ ਕੋਰਟ 'ਚ ਪੇਸ਼ ਕਰਾਂਗੇ ਅੱਜ, ਅਤੇ ਉਹਦਾ ਵੀ ਰਿਮਾਂਡ ਲੈ ਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ। ਹੈਗੇ ਆ, ਉਹਦਾ ਰਿਕਾਰਡ ਕਢਾਉਣੇ ਆ ਵੀ ਕਿੰਨੇ ਪਰਚੇ ਆ, ਦੋ ਆ ਚਾਰ ਉਹ ਰਿਕਾਰਡ ਥਾਣੇ 'ਚੋਂ ਲੈ ਕੇ ਦੇਖਣੇ ਵੀ ਕਿੰਨੇ ਪਰਚੇ। ਬਹਿਰਾਲ ਪੁਲਿਸ ਇਸ ਮੁਲਜ਼ਮ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਚੱਲ ਸਕੇ ਕਿ ਇਹ ਵਿਅਕਤੀ ਇਹ ਹੈਰੋਇਨ ਕਿੱਥੋਂ ਅਤੇ ਕਿਉਂ ਲੈ ਕੇ ਆਇਆ ਸੀ। ਤਰਨ ਤਾਰਨ ਤੋਂ ਜਸਵੀਰ ਲੱਡੂ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।